मोटरसाइकिल कच्चे च खड़ा के एक साइड पर बच्चे दे रुमाल बन्न लग गया। तो जब मैं मोटरसाइकिल तोरन लग्या तो पिछों घट्टो घट 100 किलोमीटर 80-100 की स्पीड से गड्डी ने आके पिछों चक लिया। उस तो बाद फिर मैनू नहीं पता लग्या भी की होया की नहीं होया। मेरी वाइफ दा तां जदी उत्थे डेथ हो गई। किन्ने जने सी जिन्हें ते गड्डी चार जने ले जी ਜੋ ਬੱਚੇ ਨੇ ਜੀ ਬੱਚੇ ਦੀ ਲੱਤ ਟੁੱਟ ਗਈ ਬੜੇ ਦੀ ਉਹਦਾ ਆਪਰੇਸ਼ਨ ਆ ਛੋਟੇ ਦਾ ਗੁੱਟ ਨੂੰ ਗੁੱਟ ਕੱਟ ਟੁੱਟ ਗਿਆ ਜੀ ਉਹ ਪਿਆ ਜੀ ਉੱਥੇ ਸਪੀਡ ਵੀ ਗੱਡੀ ਦੀ ਘੱਟੋ ਘੱਟ 120-130 ਦੀ ਸਪੀਡ ਹੋ ਗਈ। ਇਹ ਜਦ ਮੇਰੇ ਨਾਲ ਕੌਣ ਥੋੜ੍ਹੇ ਦੂਰ ਦੇ ਦੇਖੇ ਜਾ ਕੇ ਉਹਨਾਂ ਦਾ ਮੈਂ ਉਡਾ ਕੇ ਮਾਰਿਆ ਉਹਨਾਂ ਨੂੰ ਬੰਦੇ ਨੂੰ ਜਦੋਂ ਮੈਨੂੰ ਜਦੇ ਪਤਾ ਲੱਗਿਆ ਵੀ ਬਸ ਘਰ ਜਾ ਉੱਥੇ ਹੀ ਪੂਰੇ ਹੋ ਗਏ ਸੀਗੇ। ਸਾਡੀ ਮੇਰੀ ਭਰਜਾਈ ਡੈਥ ਹੋ ਗਈ। ਛੋਟੇ ਛੋਟੇ ਬੱਚੇ ਅਸੀਂ ਉਹ ਮਸਾ ਪਾੜ ਰਹੇ ਹਾਂ ਹੁਣ ਰਹਿੰਦਾ ਖੂੰਦਾ ਸਾਡੇ ਨਾਲ ਆਹ ਕੰਮ ਹੋ ਗਿਆ। ਸਾਡੇ ਉੱਧਰੋਂ ਆਉਂਦੇ ਨੇ ਦਵਾਈ ਲੈਣ ਚੱਲੇ ਸੀ ਰਜਿੰਦਰ ਹਸਪਤਾਲ 'ਚ ਆਉਂਦੇ ਪਤਾ ਨਹੀਂ ਰੱਬ ਵਾਲੀ ਗੱਡੀ ਗੱਡੀ ਲੱਗੀ ਹੋਈ ਆ ਵਿੱਚ ਇਹਨਾਂ ਦੀ ਖੜੇ 'ਤੇ ਹੀ ਗੱਡੀ 'ਚ ਮਾਰੀਆ ਪਤਾ ਨਹੀਂ ਕਿਵੇਂ। ਮੇਰਾ ਨਾਮ ਮੱਖਣ ਆ ਜੀ। ਮੇਰਾ ਪਿੰਡ ਜੱਬੋ ਮਾਜਰਾ। ਅਸੀਂ ਪਟਿਆਲੇ ਰਜਿੰਦਰਾ ਹਸਪਤਾਲ 'ਚ ਦਵਾਈ ਲੈਣ ਚੱਲੇ ਸੀਗੇ ਜੀ। ਅਸੀਂ ਨਾ ਮੋਟਰਸਾਈਕਲ ਕੱਚੇ 'ਚ ਖੜਾ ਕੇ ਇੱਕ ਸਾਈਡ 'ਤੇ ਬੱਚੇ ਦੇ ਰੁਮਾਲ ਬੰਨਣ ਲੱਗ ਗਿਆ। ਅਤੇ ਜਦ ਮੈਂ ਮੋਟਰਸਾਈਕਲ ਤੋਰਨ ਲੱਗਿਆ ਬਿਲਕੁਲ ਸਾਈਡ ਤੋਂ ਤਾਂ ਪਿੱਛੋਂ ਘੱਟੋ ਘੱਟ 100 ਕਿਲੋਮੀਟਰ 80-100 ਦੀ ਸਪੀਡ 'ਤੇ ਗੱਡੀ ਨੇ ਆ ਕੇ ਪਿੱਛੋਂ ਚੱਕ ਲਿਆ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਹੋਇਆ। ਮੇਰੀ ਵਾਈਫ ਦਾ ਤਾਂ ਜਦੀ ਉੱਥੇ ਹੀ ਡੈਥ ਹੋ ਗਈ। ਅਤੇ ਬੱਚੇ ਨੇ ਹੁਣ ਆਈ ਹੁਣ ਮੈਨੂੰ ਇਨਸਾਫ ਮਿਲੇ ਕੋਈ ਕੀ ਲੱਗਦਾ ਤੇਜ਼ ਸਪੀਡ ਇੰਨੀ ਰੋਜ਼ ਐਕਸੀਡੈਂਟ ਹੋਏ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੋਣੀ ਚਾਹੀਦੀ ਹੈ ਜੀ। ਜੇ ਮੇਰਾ ਕਸੂਰ ਹੁੰਦਾ ਅਸੀਂ ਗੱਬੇ ਹੁੰਦੇ ਅਸੀਂ ਮੰਨਦੇ ਵੀ ਸਾਡਾ ਕਸੂਰ ਆ ਸਾਡਾ ਕੋਈ ਕਸੂਰ ਹੀ ਨਹੀਂ ਹੈਗਾ। ਤੁਸੀਂ ਸਾਈਡ ਤੇ ਖੜੇ ਅਸੀਂ ਕੱਚੇ 'ਚ ਖੜੇ ਆ ਇੱਕ ਸਾਈਡ ਦੇ ਉੱਤੇ ਬਿਲਕੁਲ ਮੈਂ ਬਹੁਤ ਡਰਦਾ ਮੈਂ ਪਹਿਲਾਂ ਹੀ ਸਾਡੇ ਨਾਲ ਹਾਦਸਾ ਬੀਤ ਚੁੱਕਿਆ। ਸਾਡੀ ਮੇਰੀ ਭਰਜਾਈ ਡੈਥ ਹੋ ਗਈ। ਛੋਟੇ ਛੋਟੇ ਬੱਚੇ ਅਸੀਂ ਉਹ ਮਸਾ ਪਾੜ ਰਹੇ ਹਾਂ ਹੁਣ ਰਹਿੰਦਾ ਖੂੰਦਾ ਸਾਡੇ ਨਾਲ ਆਹ ਕੰਮ ਹੋ ਗਿਆ। ਸਾਡੇ ਨਾਲ ਕਿੰਨੇ ਬੱਚੇ ਤੁਹਾਡੇ? ਮੇਰੇ 2 ਬੇਟੇ ਨੇ ਜੀ। ਸੀ ਕਿਵੇਂ ਹਾਦਸਾ ਹੋਇਆ? ਮੇਰੀ ਭਰਜਾਈ ਆਈ ਹੈ। ਅੱਛਾ। ਇਹ ਇਧਰ ਆਉਂਦੇ ਸੀ ਇਹਨਾਂ ਨੇ ਮੋਟਰ ਉੱਧਰੋਂ ਆਉਂਦੇ ਨੇ ਦਵਾਈ ਲੈਣ ਚੱਲੇ ਸੀ ਰਜਿੰਦਰ ਹਸਪਤਾਲ 'ਚ ਆਉਂਦੇ ਪਤਾ ਨਹੀਂ ਰੱਬ ਵਾਲੀ ਗੱਡੀ ਗੱਡੀ ਲੱਗੀ ਹੋਈ ਆ ਵਿੱਚ ਇਹਨਾਂ ਦੀ ਗੱਡੀ ਪਾਰਟੀ ਗਈ ਆ ਜੀ ਖੜੇ 'ਤੇ ਗੱਡੀ 'ਚ ਮਾਰੀਆ ਪਤਾ ਨਹੀਂ ਕਿਵੇਂ ਗਿਆ। ਕਿੱਥੇ ਹਾਦਸਾ ਹੋਇਆ? ਇਹ ਪੌੜਿਆਂ ਕੋਲ ਹੋਇਆ ਜੀ। ਹਾਂਜੀ ਹਾਂਜੀ। ਦਵਾਈ ਲੈਣ ਕਿੱਥੇ ਜਾ ਰਹੇ ਸੀ? ਰਜਿੰਦਰ ਹਸਪਤਾਲ 'ਚ ਲੈਣ ਚੱਲੇ ਜੀ ਭਾਈ। ਕਿੱਥੋਂ ਦੇ ਰਹਿਣ ਵਾਲੇ ਨੇ? ਜੱਬੋ ਮਾਜਰੇ ਦੇ ਨੇ ਜੀ। ਹਾਂਜੀ। ਕਿੰਨੇ ਜਣੇ ਸੀ ਜਿਹਨਾਂ 'ਤੇ ਗੱਡੀ? 4 ਜਣੇ ਨੇ ਜੀ। ਜੋ ਬੱਚੇ ਨੇ ਜੀ ਬੱਚੇ ਦੀ ਲੱਤ ਟੁੱਟ ਗਈ ਬੜੇ ਦੀ ਉਹਦਾ ਆਪਰੇਸ਼ਨ ਆ ਛੋਟੇ ਦਾ ਗੁੱਟ ਨੂੰ ਗੁੱਟ ਕੱਟ ਟੁੱਟ ਗਿਆ ਜੀ ਉਹ ਪਿਆ ਜੀ ਉੱਥੇ ਪਰ ਭਰਾ ਠੀਕ ਆ ਜੀ ਮੇਰਾ ਕੁਛ। ਹਾਂ ਜੀ। ਇਹਨਾਂ ਡੈਥ ਹੋ ਗਈ? ਹਾਂ ਜੀ ਇਹਨਾਂ ਡੈਥ। ਇਹਨਾਂ ਨਾਮ ਕੀ ਸੀ? ਰਿੰਪੀ ਹੈ ਜੀ। ਰਿੰਪੀ ਹਾਂ ਜੀ ਵੀਰੇ ਸਾਈਕਲਾਂ ਦੀ ਦੁਕਾਨ ਹਰ ਪੇਰ ਦੀ ਕੰਮ ਦਾ ਗਰੀਬ ਪਹਿਲਾਂ ਹੀ ਗਰੀਬ ਵਾਰ ਸਾਡਾ ਤਾਂ ਪਹਿਲਾਂ ਹੀ ਐਕਸੀਡੈਂਟ ਹੋਇਆ ਪਹਿਲਾਂ ਹੀ ਘਰ ਵੱਡੇ ਅਤੇ ਜਿਹੜੇ ਲਾਪਰਵਾਹੀ ਨਾਲ ਚਲਾਉਂਦੇ ਵਹੀਕਲ ਕੀ ਕਹਿਣਾ ਚਾਹੁੰਦੇ ਹੋ? ਕੀ ਕਹੀਏ ਉਹਨਾਂ ਨੂੰ ਮਾੜਾ ਮੋਟਾ ਸੁਧਾਰ ਕਰਨਾ ਚਾਹੀਦਾ। ਸਵੇਰੇ ਸਵੇਰੇ ਦੱਸ ਕੀ ਖਾਧਾ ਪੀਤਾ ਹੋਊ ਹੁਣੇ ਹੁਣ ਭਾਈ ਨੇ ਦੇਖ ਕੇ ਚਲਾਉਂਦਾ ਅੱਡ ਦਾ ਘਰ ਖਾਰਤਾ ਜਾਂ ਬਾਈ ਅਤੇ ਬਾਕੀ ਸਾਰੇ ਠੀਕ ਨੇ? ਹਾਂਜੀ ਹਾਂਜੀ ਠੀਕ ਨੇ। ਸਪੀਡ ਵੀ ਗੱਡੀ ਦੀ ਘੱਟੋ ਘੱਟ 120-130 ਦੀ ਸਪੀਡ ਹੋ ਗਈ। ਹਾਂ ਜੋ ਪਹਿਲਾਂ ਮੇਰੇ ਮੈਂ ਮੈਨੂੰ ਨਾ 5-4 ਕਿਲੋ ਪਿੱਛੋਂ ਮੀਟਰ ਪਿੱਛੋਂ ਮਿਲਿਆ ਬੰਦਾ ਇਹ ਗੱਡੀ ਬਹੁਤ ਤੇਜ਼ ਆ ਰਹੀ। ਮੈਂ ਚਲੋ ਵਾਹਿਗੁਰੂ ਕਹਾਂ ਵਾਹਿਗੁਰੂ ਕਿਰਪਾ ਕਰੀ ਹੈ ਨਾ ਬੰਦਾ ਇੰਨੀ ਤੇਜ਼ ਆ ਰਿਹਾ। ਇਹ ਜਦ ਮੇਰੇ ਨਾਲ ਕੌਣ ਥੋੜ੍ਹੇ ਦੂਰ ਦੇ ਦੇਖੇ ਜਾ ਕੇ ਉਹਨਾਂ ਦਾ ਮੈਂ ਉਡਾ ਕੇ ਮਾਰਿਆ ਉਹਨਾਂ ਨੂੰ ਬੰਦੇ ਨੂੰ ਜਦੋਂ ਮੈਨੂੰ ਜਦੇ ਪਤਾ ਲੱਗਿਆ ਵੀ ਬਸ ਘਰ ਜਦੇ ਉੱਥੇ ਹੀ ਪੂਰੇ ਹੋ ਗਏ ਸੀਗੇ। ਅਤੇ ਉਹ ਮੁੰਡਾ ਸੀਗਾ ਥੋੜ੍ਹਾ ਜਿਹਾ ਜ਼ਿਆਦਾ ਜ਼ਖਮੀ ਦਿਮਾਗ ਇਹਨਾਂ ਨੂੰ ਚੱਕਿਆ ਮੈਂ ਤਿੰਨੇ ਪੇ ਬੋਤਲ ਮੈਂ ਤੁਹਾਡਾ ਤਾਂ ਇਲਾਜ ਕਰਾਈਏ ਇਹਨਾਂ ਨੂੰ ਮੈਂ ਲੈ ਕੇ ਉਰਿਆ ਗਿਆ। ਗੱਡੀ ਚਾਲਕਾ ਕਿੰਨੀ ਕੁ ਉਮਰ ਆਉਗੀ? ਗੱਡੀ ਮੇਰੇ ਹਿਸਾਬ ਨਾਲ ਹੈਗਾ 30 ਸਾਲ ਦਾ। 30 ਸਾਲ? ਹਾਂ 30 ਸਾਲ ਦਾ ਹੈਗਾ। ਕੀ ਲੱਗਦਾ ਇੰਨੀ ਲਾਪਰਵਾਹੀ ਨਾਲ ਰੋਜ਼ ਐਕਸੀਡੈਂਟ ਹੋ ਰਹੇ ਨੇ? ਕੀ ਸਰਕਾਰ ਜਿਹੜੇ ਹਿਸਾਬ ਨਾਲ ਯਾਰ ਸਪੀਡ ਸੀਗਾ ਤਾਂ ਬੁਰਾ ਹਾਲ ਹੈ ਕਿ ਨਹੀਂ ਜੀ? ਮੈਨੂੰ ਹੌਲੀ ਚਲਾਉਣਾ ਚਾਹੀਦਾ ਯਾਰ। ਕੁਛ ਤੁਹਾਡੇ ਸਾਹਮਣੇ ਹੋਇਆ? ਹਾਂ ਵੀਰੇ ਸਾਡੇ ਮੇਰੇ ਸਾਹਮਣੇ ਹੋਇਆ। ਮੇਰੇ ਗਾਹਾਂ ਗੱਡੀ ਉਹਨਾਂ ਦੀ ਸੀਗੀ ਮੇਰੇ ਤੋਂ ਅੱਗੇ ਉਹਨਾਂ ਦੀ ਗੱਡੀ ਸੀਗੀ।
ਇਹ ਚਾਰ ਬੰਦੇ ਆਏ ਆ ਸਾਡੇ ਕੋਲ ਟੋਟਲ, ਉਹਨਾਂ 'ਚੋਂ ਇੱਕ ਬਰੋਡ ਡੈਡ ਆ ਅਤੇ ਬਾਕੀ ਤਾਂ ਸੱਟਾਂ ਲੱਗੀਆਂ ਹੋਈਆਂ ਨੇ। ਐਮਰਜੈਂਸੀ ਦੇ ਵਿੱਚ ਇਹ ਐਡਮਿਟਡ ਆ, ਇਹਨਾਂ ਨੂੰ ਫਸਟ ਏਡ ਦੇ ਦਿੱਤੀ ਆ, ਸਟਿਚਿੰਗ ਵਗੈਰਾ ਹੋ ਰਹੀ ਆ ਇਹਨਾਂ ਦੀ, ਫਿਰ ਐਕਸਰੇ ਕਰਾ ਕੇ ਦੇਖਾਂਗੇ ਵੀ ਇਹਨਾਂ ਦੀ ਜਿਹੜੀ ਇੰਜਰੀ ਹੈ ਕਿੰਨੀ ਕੁ ਸਵੀਅਰ ਹੈਗੀ ਹੈ। ਹੋਰ ਟੋਟਲ ਚਾਰ ਨੇ, ਟੋਟਲ ਨਹੀਂ ਜੀ, ਟੋਟਲ ਚਾਰ, ਇੱਕ ਦੀ ਇੱਕ ਬਰੋਡ ਡੈਡ ਹੈ ਅਤੇ ਉਹਦੇ ਵਿੱਚੋਂ ਦੋ ਬੱਚੇ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਅਤੇ ਇੱਕ ਹੋਰ ਇੰਜਰਡ ਹੈ। ਐਕਸੀਡੈਂਟ ਕਿੱਥੇ ਹੋਇਆ? ਇਹ ਦੱਸਣ ਦੇ ਮੁਤਾਬਕ ਮੈਂ ਐਮਰਜੈਂਸੀ ਤੋਂ ਪਤਾ ਕੀਤਾ, ਲੋਪੇ ਭੋੜੇ ਦੇ ਕੋਲ ਜੇ ਕਿਤੇ ਦੱਸ ਰਿਹਾ। ਕਿੰਨੇ ਵਜੇ ਪਤਾ ਲੱਗਿਆ? ਸਾਨੂੰ ਤਲਾਹ ਮਿਲੀ ਸੀਗੀ ਪਿੰਡ ਵਾਲਿਆਂ ਤੋਂ, ਫੋਨ ਕੀਤਾ ਸੀ ਸਰਪੰਚ ਬੀਜਰ ਸਿੰਘ ਨੇ, ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜੇ ਆ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਗੱਡੀ 'ਚੋਂ ਕੱਢ ਕੇ ਮੌਕੇ ਤੋਂ ਵੀ ਉਹਨਾਂ ਨੂੰ ਸੀ ਐੱਚ ਨਾਭੇ ਭੇਜਦਾ। ਕੋਈ ਮੌਤ ਵੀ ਹੋਈ ਆ? ਹਾਂ, ਇੱਕ ਲੜਕੀ ਦੀ ਮੌਤ ਹੋਈ ਆ। ਕਿੰਨੀ ਕੁ ਉਮਰ ਏਜ ਦੇ ਬਾਰੇ ਕੋਈ ਕਨਫਰਮ ਨਹੀਂ ਹੈਗਾ, ਇਹ ਤਾਂ ਬਾਅਦ ਪੜਤਾਲ ਜੋ ਵੀ ਹੋਊਗੀ ਕਾਰਵਾਈ ਮੁੱਕ ਜਾਂਦੀ। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।